ਅਸੀਂ ਅੱਜ ਗੁਰਦਾਸ ਮੰਗਲ ਵਾਸੀ ਆਮ ਆਦਮੀ ਪਾਰਟੀ, ਮੈਂ ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ, ਅਤੇ ਅੱਜ ਮੈਂ ਆਪਣੇ DPC ਪੰਜਾਬੀ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੀ ਖਬਰ ਜਿਹੜੀ ਸੀ ਉਹ ਮਤਲਬ ਪਹਿਲੇ ਦੇ ਆਧਾਰ 'ਤੇ ਜਿਹੜੀ ਪਾਈ, ਅਤੇ ਸਾਡਾ ਜਿਹੜਾ ਇੱਕ ਹੋਣਹਾਰ ਬੱਚਾ ਸੀ ਜਿਹੜਾ ਘਰੋਂ ਗੁੰਮ ਹੋ ਗਿਆ ਸੀ, ਕ੍ਰਿਸ਼ਨਾ, ਅਤੇ ਜੋ ਕਿ ਸਾਰੇ ਹੀ ਆਲ ਵਰਲਡ 'ਚ ਖਬਰ ਫੈਲ ਗਈ ਸੀ, ਅਤੇ ਇਹਦੀ ਮਦਦ ਸਦਕਾ ਹੀ ਅਸੀਂ ਇਸ ਨੂੰ ਲੱਭ ਪਾਏ ਹਾਂ। ਇਹਦੀ ਜਦ ਖਬਰ ਪਹੁੰਚੀ ਬਾਬਿਆਂ ਤੱਕ, ਦਰਬਾਰ ਸਾਹਿਬ, ਉਹਨਾਂ ਨੇ ਫਿਰ ਕਾਲ ਕੀਤੀ ਜਿਹੜੀ ਕਿ ਪੁਲਿਸ ਸਟੇਸ਼ਨ ਗਈ, ਅਤੇ ਅੱਜ ਸਾਨੂੰ ਬੜਾ ਫਖਰ ਅਤੇ ਮਾਣ ਹੋ ਰਿਹਾ ਕਿ ਸਾਡੇ ਪਿੰਡ ਇਹੋ ਜਿਹੀਆਂ ਹਸਤੀਆਂ ਨੇ ਜਿਹੜੀਆਂ ਕਿ ਸਹਿਯੋਗ ਦੇ ਰਹੀਆਂ ਨੇ, ਅਤੇ ਅਸੀਂ ਇਹਦਾ ਧੰਨਵਾਦ ਕਰਦੇ ਹਾਂ, ਅਤੇ ਇਸ ਬੱਚੇ ਦਾ ਵੀ। ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਗੁੰਮ ਹੋਸ਼ੁਦਾ ਜਿਹੜੇ ਬੱਚੇ ਆ ਕਦੀ ਮਿਲਦੇ ਨਹੀਂ ਹੈਗੇ, ਪਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਜਿਹੜਾ ਇਹ ਬੱਚਾ ਕ੍ਰਿਸ਼ਨਾ ਉਹਦੇ ਮਾਂ ਬਾਪ ਨੂੰ ਫਿਰ ਦੁਬਾਰਾ ਤੋਂ ਮਿਲ ਗਿਆ। ਔਰ ਮੈਂ ਮੀਡੀਆ ਨੂੰ ਇਹ ਗੱਲ ਕਹਿਣੀ ਚਾਹਾਂਗੀ ਕਿ ਜੇ ਸਾਰਾ ਮੀਡੀਆ ਇਸੇ ਤਰ੍ਹਾਂ ਹੀ ਕੰਮ ਕਰੇ ਤਾਂ ਫਿਰ ਕੋਈ ਬੱਚਾ ਗੁੰਮ ਨਹੀਂ ਹੋ ਸਕਦਾ, ਕਿਸੇ ਧੀ ਭੈਣ ਦੀ ਇੱਜ਼ਤ ਜਿਹੜੀ ਆ ਉਹ ਇੱਦਾਂ ਨਹੀਂ ਜਾ ਸਕਦੀ ਹੈਗੀ ਕਿ ਜੇ ਅਸੀਂ ਹਰ ਕਦਮ 'ਤੇ ਉਹਨਾਂ ਦੇ ਨਾਲ ਚੱਲੀਏ, ਅਸੀਂ ਆਪਣੀ ਭੈਣ ਸਮਝੀਏ, ਆਪਣੇ ਬੱਚੇ ਸਮਝੀਏ। ਅਤੇ ਇਸ ਕਰਕੇ ਮੈਂ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ, ਬਹੁਤ ਸਾਰਾ ਕੰਮ ਕਰ ਰਹੇ ਨੇ, ਅਤੇ ਆਉਣ ਵਾਲੇ ਸਮੇਂ 'ਚ ਮੈਂ ਉਹਨਾਂ ਤੋਂ ਉਮੀਦ ਕਰਦੀ ਹਾਂ ਕਿ ਉਹ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਕੰਮ ਕਰਕੇ ਦੱਸਣ ਜੋ ਕਿ ਸਾਡੇ ਇਸ ਵੀਰ ਨੇ ਕੀਤਾ ਆ। ਅਤੇ ਇਹ ਪਹਿਲੇ ਵੀ ਬਹੁਤ ਜ਼ਿਆਦਾ ਪ੍ਰਚਾਰ ਵਿੱਚ ਰਹਿੰਦੇ ਨੇ, ਲੇਕਿਨ ਹੁਣ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ, ਅਤੇ ਜੇ ਇਹ ਆਪਣੀ ਚੈਨਲ ਨਾ ਚਲਾਉਂਦੇ ਤਾਂ ਵਿਊ ਵੀ ਬਹੁਤ ਆ ਚੁੱਕੇ ਨੇ। ਅਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦੀ ਹਾਂ, ਅਤੇ ਆਪਣੇ ਇਸ ਵੀਰ ਦਾ ਵੀ ਧੰਨਵਾਦ ਕਰਦੀ ਹਾਂ, ਅਤੇ ਚੈਨਲ GPC ਦਾ ਵੀ ਧੰਨਵਾਦ ਕਰਦੀ ਹਾਂ। ਆਪਾਂ ਵੇਖ ਰਹੇ ਹਾਂ ਕਿ ਪਿੰਡ ਵਾਸੀ ਬਹੁਤ ਜ਼ਿਆਦਾ ਤਾਦਾਦ 'ਚ ਪੁੱਜੇ ਨੇ ਸਨਮਾਨਿਤ ਕਰ। ਆਜੋ ਅਤੇ ਕੀ ਕਹਿਣਾ ਚਾਹੋਗੇ, ਕਿੱਦਾਂ ਦਾ ਪਿੰਡ ਵਾਸੀ ਦਾ ਸਹਿਯੋਗ ਹੈ ਅਤੇ ਕਿੱਦਾਂ? ਹਾਂਜੀ, ਪਿੰਡ ਵਾਸੀਆਂ ਦਾ ਸਾਡਾ ਸਹਿਯੋਗ ਬਹੁਤ ਆ ਜੀ। ਇਹਦੇ ਫਾਦਰ ਸਾਹਿਬ ਦੱਸਣਗੇ ਕਿ ਇਹਨਾਂ ਦੇ ਘਰ ਉਸ ਦਿਨ ਦਾ ਤਾਂਤਰਾ ਲੱਗਾ ਲੋਕਾਂ ਦਾ, ਕਿ ਮਤਲਬ ਇਹਦੇ ਦੁੱਖ ਵਿੱਚ ਸਾਰੇ ਖੜ੍ਹੇ ਨੇ, ਅਤੇ ਇਹਨੂੰ ਪਿੱਠ ਨਹੀਂ ਦਿਖਾਈ ਹੈਗੀ, ਅਤੇ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਅਸੀਂ, ਮਤਲਬ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਆਪਣੇ ਪਿੰਡ ਵਾਸੀਆਂ ਨੂੰ ਕਿ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਰੱਖੀਏ, ਤਾਂ ਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ, ਸਾਡੇ ਬੱਚੇ, ਸਾਡੇ ਪਿੰਡ 'ਚੋਂ ਨਸ਼ਾ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੂਰ ਕਰ ਸਕੀਏ। ਔਰ ਅਸੀਂ ਜੇ ਸਾਡੇ ਕੋਲ ਇੱਦਾਂ ਦਾ ਮੀਡੀਆ ਹੋਏਗਾ ਤਾਂ ਫਿਰ ਅਸੀਂ ਸਭ ਕੁਝ ਕਰ ਸਕਦੇ ਹਾਂ। ਹਾਂਜੀ ਹਾਂਜੀ ਹਾਂਜੀ, ਮੈਂ ਵੀ ਇਸੇ ਪਿੰਡ ਦੀ ਵਾਸੀ ਹਾਂ, ਮੈਂ ਐਨੀਮਲ ਡਾਇਰੈਕਟਰ ਬੋਰਡ ਪੰਜਾਬ ਆਮ ਆਦਮੀ ਪਾਰਟੀ ਦਿਓ। ਅਜੋ ਤੁਸੀਂ ਵੀ ਆਓ ਨਾ, ਆਓ ਅੱਗੇ ਸਾਰੇ ਆਓ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਲ। ਸਰ, ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਹੈਗੇ ਆ, ਉਸ ਤੋਂ ਬਾਅਦ ਜਿਹੜੇ ਪਿੰਡ ਦੇ ਮੈਂਬਰ ਆ, ਉਹ DPC ਚੈਲੰਜ ਨੂੰ ਸਨਮਾਨਿਤ ਕਰਨ ਲਈ ਆਏ ਆ, ਤੇ ਕੀ ਕਹਿਣਾ ਚਾਹੋਗੇ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਸਰ, ਪਹਿਲੀ ਗੱਲ ਤੇ ਵੀ ਮੈਨੂੰ ਇਹ ਚੀਜ਼ ਬਾਰੇ ਨਾ ਦੇ ਨੌਲੇਜ ਸੀ, ਨਾ ਇਹ ਚੀਜ਼ ਕਰਕੇ ਆਪਾਂ ਇਹ ਕੰਮ ਕੀਤਾ। ਜਿਵੇਂ ਕਿ ਬਹੁਤ ਸਾਰੇ ਲੋਕ ਜਾਣਦੇ ਆ ਕਿ ਆਪਾਂ ਲਗਾਤਾਰ ਜਿਹੜੀਆਂ ਨੇ ਪਿਛਲੇ ਕਈ ਸਾਲ ਤੋਂ ਨਿਊਜ਼ ਫਲੈਸ਼ ਕਰਦੇ ਆ ਰਹੇ ਹਾਂ DPC ਪੰਜਾਬੀ ਦੇ ਉੱਤੇ, ਅਤੇ ਇਸੇ ਤਰ੍ਹਾਂ ਹੀ ਜਦੋਂ ਮੈਨੂੰ ਪਤਾ ਲੱਗਿਆ ਰਾਤ ਨੂੰ ਅਨਾਊਂਸਮੈਂਟ ਹੋਈ ਕਿ ਬੱਚਾ ਜਿਹੜਾ ਆ ਪਿੰਡ ਦੇ ਵਿੱਚੋਂ ਖੋ ਗਿਆ ਆ, ਪਰ ਆਵਾਜ਼ ਜਿਹੜੀ ਕਲੀਅਰ ਨਹੀਂ ਸੀ, ਪੂਰਾ ਮਹੱਲਾ ਸਾਡਾ ਜਿਹੜਾ ਆ ਇੱਥੇ ਆਣ ਕੇ ਬਾਹਰ ਖਲੋਤਾ ਹੋਇਆ ਸੀ, ਕਰੀਬ 9:30 ਵਜੇ ਦੀ ਗੱਲ ਆ, ਬਹੁਤ ਸਾਰੇ ਲੋਕ ਇੱਥੇ ਇਕੱਠੇ ਸੀ। ਆਪਾਂ ਵੀ ਜਦੋਂ ਬਾਹਰ ਆਏ ਹਾਂ, ਮੇਰੀ ਨਾਲ ਦੀ ਵੀ ਜਿਹੜੀ ਉਹ ਬਾਹਰ ਆ ਕੇ ਇੱਥੇ ਆਪਾਂ ਦੇਖਿਆ ਚਾਚਾ, ਅਤੇ ਉਸੇ ਵੇਲੇ ਅਸੀਂ ਜਿਹੜਾ ਆ ਇਹਦੇ ਜਿਹੜਾ ਤਾਏ ਦਾ ਬੇਟਾ, ਉਹਨਾਂ ਨਾਲ ਗੱਲਬਾਤ ਕੀਤੀ ਵੀ ਅਸੀਂ ਵੀਡੀਓ ਪਾਣੀ, ਉਹ ਕਹਿੰਦੇ ਵੀ ਇਹਦੇ ਫਾਦਰ ਸਾਹਿਬ ਇੱਥੇ ਹੈ ਨਹੀਂ, ਅਸੀਂ ਅਜੇ ਵੀਡੀਓ ਨਹੀਂ ਪਾਣੀ, ਉਹ ਆਉਣਗੇ ਤਾਂ ਫੇਰ ਗੱਲ ਕਰਾਂਗੇ। ਚਲੋ, ਅਗਲੇ ਦਿਨ ਮੈਂ ਫਿਰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੋਨੂ ਸ਼ਰਮਾ ਜੀ, ਇਹਨਾਂ ਨੂੰ ਮੈਂ ਮਿਲਿਆ ਜਾ ਕੇ, ਮੈਂ ਕਿਹਾ ਵੀ ਯਾਰ ਖਬਰ ਪਵਾ ਲਓ
ਤਾਂ ਕਿ ਜਿਹੜੀ ਅੱਗੇ ਦੀ ਅੱਗੇ ਜਾਏਗੀ ਅਤੇ ਤੁਹਾਡਾ ਬੱਚਾ ਲੱਭਣ 'ਚ ਜ਼ਿਆਦਾ ਮਦਦ ਹੋ ਜੀ। ਪਰ ਇਹ ਪਤਾ ਨਹੀਂ ਕਿਉਂ ਡਰੇ ਸਹਿਮੇ ਸੀ, ਕਿਉਂਕਿ ਬੱਚਾ ਗੁਆਚਾ ਹੋਇਆ ਸੀ, ਸਹਿਮ ਵੀ ਸੀ ਡਰ ਵੀ ਸੀ, ਅਤੇ ਇਹਨਾਂ ਨੇ ਵੀ ਪਹਿਲਾਂ ਨਾਂਹ ਨੁੱਕਰ ਕਰਤੀ ਵੀ ਨਹੀਂ ਯਾਰ ਅਸੀਂ ਨਹੀਂ ਪਾਉਣੀ। ਪਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਬਹੁਤ ਸਾਰੇ ਜਿਹੜੇ ਕਿ ਇਸ ਤਰ੍ਹਾਂ ਦੇ ਚਾਂਸ ਹੁੰਦੇ ਆ ਅਤੇ ਬੜੀ ਮੁਸ਼ਕਲ ਬੱਚੇ ਜਿਹੜੇ ਆ ਪਲਦੇ ਪੁੱਛਦੇ ਆ ਅਤੇ ਲੱਭਦੇ ਵੀ ਬੜੀ ਮੁਸ਼ਕਲ ਆ ਬਾਅਦ 'ਚ ਜਦੋਂ ਗੁਆਚ ਜਾਂਦੇ ਆ। ਪਰ ਤੁਸੀਂ, ਮੈਂ ਕੋਈ ਗੱਲ ਨਹੀਂ, ਅਸੀਂ ਕਿਹੜਾ ਤੁਹਾਡੇ ਕੋਲ ਕੁਝ ਲੈਣਾ ਦੇਣਾ ਕੋਈ ਗੱਲ ਤਾਂ ਇੱਦਾਂ ਦੀ ਹੈ ਨਹੀਂ, ਅਤੇ ਕੋਈ ਨਹੀਂ ਤੁਸੀਂ ਪਵਾਓ, ਆਪਾਂ ਕਰਦੇ ਹਾਂ। ਪਤਾ ਨਹੀਂ ਕਿਉਂ ਡਰੇ ਹੋਏ ਸੀ, ਪਰ ਚਲੋ ਮੰਨੇ। ਆਪਾਂ ਵੀਡੀਓ ਬਣਾਈ, ਪਹਿਲਾਂ ਮੈਂ ਇਹਨਾਂ ਦੇ ਫਾਦਰ ਸਾਹਿਬ ਬੇਟੇ ਦੇ ਦਾਦੇ ਦੀ ਬਾਈਟ ਲਈ ਵੀਡੀਓ ਪਾਈ ਅਤੇ ਵੀਡੀਓ ਨੂੰ ਨਾ ਕੋਈ ਰਿਸਪੋਂਸ ਨਹੀਂ ਮਿਲਿਆ। ਜਦੋਂ ਵੀਡੀਓ ਨੂੰ ਕੋਈ ਰਿਸਪੋਂਸ ਨਹੀਂ ਮਿਲਿਆ ਤਾਂ ਮੇਰੇ ਨਾਲ ਮੈਡਮ ਸਰਮਜੀਤ ਜੀ ਹੋਣਾਂ ਨੇ ਨਾ ਕੰਟੈਕਟ ਕੀਤਾ ਮੈਨੂੰ ਫੋਨ ਕਰਕੇ, ਕਹਿੰਦੀ ਕਹਿੰਦੀ ਡੀਪੀ ਵੀਡੀਓ ਤਾਂ ਪਾਤੀ ਪਰ ਉਹਦੇ 'ਤੇ ਵਿਊ ਬੜੇ ਥੋੜ੍ਹੇ ਆ ਅਤੇ ਕੁਝ ਕਾਰੇ ਤਾਂ ਕਿ ਗਾਂਹ ਦੀ ਗਾਂਹ ਜਾ ਸਕੇ। ਅਤੇ ਮੈਂ ਮੈਡਮ ਹੋਣਾਂ ਨੂੰ ਕਿਹਾ, ਮੈਂ ਮੈਡਮ ਹੁਣ ਵਿਊ ਤਾਂ ਆ ਵੀ ਲੋਕ ਸ਼ੇਅਰ ਕਰਨ ਅਤੇ ਤਾਂ ਹੀ ਵਿਊ ਪੈਣੇ, ਹੁਣ ਮੇਰੇ ਇਕੱਲੇ ਨਾ, ਮੈਂ ਤਾਂ ਆਪਣਾ ਕੰਮ ਕਰ ਆਇਆ। ਪਰ ਮੇਰੇ ਦਿਮਾਗ 'ਚ ਨਾ ਇੱਕ ਕਾਰਸਤਾਨੀ ਆਈ ਵੀ ਕਿਉਂ ਨਾ ਆਪਾਂ ਦੁਬਾਰਾ ਜਿਹੜਾ ਆ ਇਸ ਵੀਡੀਓ ਨੂੰ ਬਣਾਈਏ ਅਤੇ ਜਿਹੜਾ ਆ ਮੁੰਡੇ ਦੇ ਮਾਂ ਪਿਓ ਦੀ ਜਿਹੜੀ ਉਹ ਬਾਈਟ ਕਰੀਏ। ਮੈਂ ਦੁਬਾਰਾ ਇਹਨਾਂ ਦੇ ਘਰ ਗਿਆ ਵਾਂ, ਦੁਬਾਰਾ ਜਾ ਕੇ ਫਿਰ ਆਪਾਂ ਜਿਹੜੀ ਇਹ ਇਹਨਾਂ ਦੀ ਜਿਹੜੀ ਬਾਈਟ ਕੀਤੀ, ਇਹਦੀ ਮੰਮੀ ਦੀ ਬਾਈਟ ਕੀਤੀ ਬੱਚੇ ਦੀ, ਜਦੋਂ ਇਹਦੀ ਮੰਮੀ ਦੀ ਬਾਈਟ ਹੋਈ ਤਾਂ ਉਹ ਵਿੱਚ ਜਾਣ ਕੇ ਉਹਨਾਂ ਦਾ ਦਿਲ ਭਰ ਗਿਆ। ਉਹ ਜਦੋਂ ਦਿਲ ਭਰੇ ਵਾਲੀ ਵੀਡੀਓ ਲੱਗੀ ਤਾਂ ਪਿੰਡ ਵਾਸੀਆਂ ਦਾ ਦਿਲ ਵੀ ਉਹ ਚੀਜ਼ ਨੂੰ ਸ਼ਾਇਦ ਵੇਖ ਕੇ ਪਛੀਜ਼ ਗਿਆ। ਫਿਰ ਮੈਡਮ ਹੋਣਾਂ ਨੇ ਆਪਣੇ ਗਰੁੱਪਾਂ ਦੇ ਵਿੱਚ ਅਤੇ ਸਾਡੇ ਪਿੰਡ ਦੇ ਹਰ ਨੌਜਵਾਨ ਨੇ, ਚਾਹੇ ਉਹ ਪਿੰਡ ਦੇ ਵਿੱਚ ਰਹਿੰਦਾ ਚਾਹੇ ਉਹ ਬਾਹਰ ਰਹਿੰਦਾ, ਸਾਡੇ ਪਿੰਡ ਦੇ ਜਿਹੜਾ ਜਿਹੜਾ ਬੰਦਾ ਵੀ ਸਮਾਰਟਫੋਨ ਵਰਤਦਾ ਜਾਂ ਜਿਹਦੇ ਜਿਹਦੇ ਕੋਲ ਵੀ ਵਟਸਐਪ ਫੇਸਬੁੱਕ ਚੱਲਦੀ ਪਈ ਹੈ, ਉਹਨਾਂ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕੀਤਾ। ਪਹਿਲਾਂ ਤਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਨਾਲ ਸਾਡੀ ਮਦਦ ਕੀਤੀ ਅਤੇ ਨਾਲ ਵੀਰ ਦੀ ਮਦਦ ਕੀਤੀ ਬੱਚਾ ਲੱਭਣ ਦੇ ਵਿੱਚ। ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਾਂ ਪਿੰਡ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ, ਸਿਰਫ ਉਹਨਾਂ ਦੀ ਬਦੌਲਤ ਹੀ ਇਹ ਜਿਹੜਾ ਬੱਚਾ ਆ ਅੱਜ ਸਾਡੇ ਵਿੱਚ ਤੁਸੀਂ ਦੇਖਦੇ ਪਏ ਉਹ ਪਹੁੰਚ ਗਿਆ ਆ। ਬਹੁਤ ਜ਼ਿਆਦਾ ਅਸੀਂ ਮਾਲਕ ਦਾ ਧੰਨਵਾਦ ਕਰਦੇ ਹਾਂ, ਰੱਬ ਦਾ ਧੰਨਵਾਦ ਕਰਦੇ ਹਾਂ ਵੀ ਚਲੋ ਬਹੁਤ ਵੱਡੀ ਗੱਲ ਆ ਕਿ ਸਾਡਾ ਬੱਚਾ ਜਿਹੜਾ ਆ ਸਾਡੇ ਪਿੰਡ ਦੇ ਵਿੱਚ ਵਾਪਸ ਆ ਗਿਆ। ਇਹਦੋਂ ਵੱਡੀ ਖੁਸ਼ੀ ਨਾ ਤਾਂ ਮੈਨੂੰ ਕਿਤੇ ਮਿਲ ਸਕਦੀ ਹੈ। ਉਸ ਤੋਂ ਬਾਅਦ ਡੀਪੀਸੀ ਪੰਜਾਬੀ ਦੇ ਉੱਤੇ ਬਹੁਤ ਸਾਰੇ ਜਿਹੜੇ ਆ ਕਮੈਂਟ ਜਿਹੜੇ ਆ ਡੀਪੀਸੀ ਪੰਜਾਬੀ ਨੂੰ ਲੈ ਕੇ ਆਏ ਵੀ ਡੀਪੀਸੀ ਪੰਜਾਬੀ ਨੇ ਬਹੁਤ ਵਧੀਆ ਕੰਮ ਕੀਤਾ ਆ। ਉਹ ਸਾਡਾ ਇੱਕ ਤਰ੍ਹਾਂ ਦਾ ਰਿਕਾਰਡ ਹੁੰਦਾ ਆ, ਪਰ ਅੱਜ ਜਿਹੜਾ ਇਹ ਰਿਕਾਰਡ ਆ ਮੈਡਮ ਸਰਬਜੀਤ ਜੀ ਹੋਣਾਂ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਰਿਲੇਟਡ ਆ, ਇਹਨਾਂ ਨੇ ਸਾਨੂੰ ਮਾਣ ਸਨਮਾਨ ਦੇ ਕੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਮਿਸਾਲ ਕਾਇਮ ਕੀਤੀ ਹੈ, ਕਿਉਂਕਿ ਇਹਨਾਂ ਨੂੰ ਵੀ ਅਸੀਂ ਟਾਈਮ ਸਿਰ ਜਿਹੜਾ ਆ ਅਪਡੇਟ ਕਰਦੇ ਰਹਿੰਦੇ ਹਾਂ, ਇਹਨਾਂ ਦੀ ਪਾਰਟੀ ਨੂੰ ਕਰਦੇ ਰਹਿੰਦੇ ਹਾਂ, ਅਤੇ ਸ਼ਾਇਦ ਇਹਨਾਂ ਨੂੰ ਵਿਚਾਰ ਆਇਆ ਵੀ ਇਹ ਕੰਮ ਕਰਨਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਸਾਡਾ ਅਤੇ ਸਾਡੇ ਚੈਨਲ ਦਾ, ਸਾਡੀ ਟੀਮ ਦਾ ਅਤੇ ਪਿੰਡ ਵਾਸੀਆਂ ਦਾ ਜਿਹੜਾ ਆ ਹੌਸਲਾ ਵਧੇਗਾ, ਤਾਂ ਕਿ ਵੱਧ ਤੋਂ ਵੱਧ ਜਿਹੜਾ ਆ ਕੱਲ੍ਹ ਨੂੰ ਕੋਈ ਵੀ ਪਿੰਡ ਦੇ ਵਿੱਚ ਇਹੋ ਜਿਹੀ ਗਤੀਵਿਧੀ ਹੁੰਦੀ ਹੈ ਤਾਂ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਦਾ ਹੱਲ ਕੀਤਾ ਜਾਵੇ। ਬੜਾ ਵਧੀਆ ਮੁੱਦਾ ਲੈ ਕੇ ਚੱਲੇ ਸੀ ਕਿ ਹਾਂ ਵੀ ਕਿ ਬੱਚੇ ਨੂੰ ਕਿਤੇ ਨਾ ਕਿਤੇ ਲੱਭਿਆ ਜਾਏ, ਉਹਦੇ ਲਈ ਤੁਸੀਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਕੀ ਲੱਗਦਾ ਕਿ ਹਾਂ ਵੀ ਕਿ ਆਉਣ ਵਾਲੇ ਜਿਹੜੇ ਦੂਸਰੇ ਪੱਤਰਕਾਰ ਜਾਂ ਸੋਸ਼ਲ ਮੀਡੀਆ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ? ਸਰ ਪਹਿਲਾਂ ਮੈਂ ਇੱਥੇ ਇੱਕ ਗੱਲ ਕਹਿਣੀ ਭੁੱਲ ਗਿਆ ਵੀ ਜਦੋਂ ਮੈਂ ਵੀਡੀਓ ਕਰ ਲਈ, ਜਿਵੇਂ ਕਿ ਸਾਡੇ ਬਹੁਤ ਸਾਰੇ ਪੱਤਰਕਾਰ, ਬਹੁਤ ਸਾਰਾ ਸਾਡੇ ਐਡੀਟਰ ਸਾਡੇ ਨਾਲ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਾਂਗਾ ਵੀ ਉਹ ਪੈਰ ਪੈਰ 'ਤੇ ਸਾਡੇ ਤੱਕ ਖਬਰਾਂ ਪਹੁੰਚਾਉਂਦੇ ਨੇ, ਖਬਰਾਂ ਗਾਹ ਤੱਕ ਜਾਂਦੀਆਂ ਨੇ, ਜਿਹਦੇ ਨਾਲ ਸਾਡੇ ਸਿਸਟਮ ਦੇ ਨਾਲ ਸਾਡੇ ਡੀਪੀਸੀ ਪੰਜਾਬੀ ਦੇ ਨਾਲ ਲੋਕ ਜੁੜਦੇ ਆ। ਜੁੜਨ ਤੋਂ ਬਾਅਦ ਆ ਜਿਹੜੇ ਲੋਕ ਆ ਉਹ ਫਿਰ ਖਬਰ ਵੇਖਦੇ ਅਤੇ ਅੱਗੇ ਦੀ ਅੱਗੇ ਪਹੁੰਚਾਉਂਦੇ ਆ। ਨਾਲ ਦੀ ਨਾਲ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਵੀ ਜਦੋਂ ਆਪਾਂ ਖਬਰ ਆਪਣੇ ਚੈਨਲ ਵਾਸਤੇ ਕਰ ਲਈ, ਉਸ ਤੋਂ ਬਾਅਦ ਅਸੀਂ ਜਿੰਨੇ ਵੀ ਸਾਡੇ ਸਹਿਯੋਗੀ ਪੱਤਰਕਾਰ ਨੇ ਪੂਰੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਮੁਕੇਰੀਆਂ,
ਪਠਾਨਕੋਟ ਦੇ ਵਿੱਚ ਜਿੰਨੇ ਵੀ ਨਿੱਜੀ ਚੈਨਲ ਨੇ ਜਾਂ ਜਿਹੜੇ ਅਦਰ ਸਾਡੇ ਫ੍ਰੀਲਾਂਸਰ ਪੱਤਰਕਾਰ ਨੇ, ਮੈਂ ਇਹ ਖਬਰ ਕਰਕੇ ਉਹਨਾਂ ਤੱਕ ਵੀ ਪਹੁੰਚਾਈ। ਫਿਰ ਬਹੁਤ ਸਾਰੇ ਵੱਡੇ ਚੈਨਲਾਂ ਦੇ ਉੱਤੇ ਵੀ ਇਹ ਖਬਰ ਜਿਹੜੀ ਹੈ ਫਲੈਸ਼ ਹੋਈ। ਉਹ ਖਬਰ ਫਲੈਸ਼ ਹੋਣ ਦੇ ਨਾਲ ਹਜ਼ਾਰਾਂ ਕਰੋੜਾਂ ਜਿਹੜੇ ਵਿਊ ਜਿਹੜੇ ਆ ਇਕੱਠੇ ਹੋ ਗਏ ਵੱਖ ਵੱਖ ਚੈਨਲਾਂ ਦੇ ਥਰੂ। ਉਸੇ ਵੀਡੀਓ ਨੂੰ ਦੇਖ ਕੇ ਸ਼ਾਇਦ ਬੱਚਿਆਂ ਨੂੰ ਜਿਹੜਾ ਆ ਪਹਿਚਾਣ ਕੀਤਾ ਗਿਆ ਨਿਹੰਗ ਸਿੰਘ ਜੀ ਹੋਣਾ ਵੱਲੋਂ। ਅਤੇ ਫਿਰ ਉਸ ਤੋਂ ਬਾਅਦ ਆ ਧਾਰੀਵਾਲ ਪੁਲਿਸ ਪ੍ਰਸ਼ਾਸਨ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ, ਜਿਹੜੇ ਸਮੇਂ ਸਿਰ ਜਿਹੜਾ ਆ ਬੱਚਿਆਂ ਦੇ ਮਾਂ ਪਿਓ ਦੇ ਨਾਲ ਆਣ ਕੇ ਮਿਲਦੇ ਰਹੇ ਅਤੇ ਇਹਨਾਂ ਨੂੰ ਜਿਹੜਾ ਆ ਸਮੇਂ ਸਿਰ ਇਹਨਾਂ ਦੀ ਜਿਹੜੀ ਹੈਲਪ ਕਰਦੇ ਰਹੇ। ਵੀਰ ਨੇ ਦੱਸਿਆ ਵੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦਾ ਫੋਨ ਵੀ ਰੀਚਾਰਜ ਕਰਾ ਕੇ ਦਿੱਤਾ, ਪੈਸੇ ਵੀ ਦਿੱਤੇ, ਖਰਚਾ ਵੀ ਦਿੱਤਾ ਆਉਣ ਜਾਣ ਵਾਸਤੇ। ਨਾਲ ਦੀ ਨਾਲ ਜਿੱਧਰ ਨੂੰ ਵੀ ਤੁਰੇ ਅਤੇ ਲੈ ਕੇ ਗਏ ਬੱਚੇ ਨੂੰ ਲੱਭਣ ਦੇ ਵਿੱਚ ਪੁਲਿਸ ਪ੍ਰਸ਼ਾਸਨ, ਸਾਡੇ ਧਾਰੀਵਾਲ SHO ਮੈਡਮ ਬਲਜੀਤ ਕੌਰ ਅਤੇ ਸਾਡੇ DSP ਕੁਲਵੰਤ ਸਿੰਘ ਮਾਨ ਹੋਣਾ ਦਾ ਬਹੁਤ ਜ਼ਿਆਦਾ ਧੰਨਵਾਦ ਆ ਕਿ ਉਹਨਾਂ ਨੇ ਵੀ ਆਪਣੀ ਪਹਿਲਕਰਮੀ ਦੇ ਨਾਲ ਜਿਹੜਾ ਬੱਚਿਆਂ ਨੂੰ ਲੱਭਣ ਦੇ ਵਿੱਚ ਜਿਹੜੀ ਹੈ ਮਦਦ ਕੀਤੀ। ਹਾਂਜੀ ਬੇਟਾ ਤੁਹਾਨੂੰ ਮਿਲ ਗਿਆ, ਹਾਂਜੀ ਵਾਪਸ ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਮੈਂ ਭਰਾ ਦਾ ਧੰਨਵਾਦ ਕਰਦਾ, DPC ਚੈਨਲ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਬਰਾਮਦ ਹੋਇਆ। ਨਾਲੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਦਿਨ ਰਾਤ ਸਾਡੇ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਤਰ੍ਹਾਂ ਨੂੰ ਸਮਝ ਕੇ ਸਾਡਾ ਸਾਥ ਦਿੱਤਾ। ਮੈਡਮ ਬਲਜੀਤ ਕੌਰ ਦਾ, SHO ਕੁਲਵੰਤ ਸਿੰਘ, DSP ਕੁਲਵੰਤ ਸਿੰਘ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕੀਤਾ। ਅਤੇ ਪ੍ਰਧਾਨ ਜੀ ਦਾ, ਮੈਡਮ ਜੀ ਦਾ ਵੀ ਧੰਨਵਾਦ ਕਰਦਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ, ਜਿਨ੍ਹਾਂ ਦੇ ਕਹਿਣ ਦੇ ਨਾਲ DPC ਸਾਹਿਬ ਨੇ ਸਾਡੀ ਮਤਲਬ ਕਿ ਮਦਦ ਕੀਤੀ ਹੈਗੀ ਆ। ਸਾਡੇ ਕੋਲ ਕੋਈ ਪੈਸਾ ਵੀ ਨਹੀਂ ਰਿਹਾ ਹੈਗਾ, ਆਪਣਾ ਭਰਾ ਦੀ ਤੌਰ 'ਤੇ ਸਾਡੇ ਘਰ ਜਾ ਕੇ ਸਾਨੂੰ ਦਿਲਾਸਾ ਦਿੱਤਾ ਵੀ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਅਸੀਂ ਤੁਹਾਡੇ ਸਾਥ ਹਾਂ।